ਹੁਸ਼ਿਆਰਪੁਰ ਗੜਸ਼ੰਕਰ ਰੋਡ ਦੇ ਨਜ਼ਦੀਕ ਭਜਲਾ ਫਾਟਕ ਦੇ ਕੋਲ ਇੱਕ ਬੱਸ ਅਤੇ ਸਕਾਰਪੀਓ ਗੱਡੀ ਦੀ ਭਿਆਨਕ ਟੱਕਰ ਹੋ ਗਈ ਜਿਸ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 6 ਜ਼ਖਮੀ ਹੋ ਗਏ। ਦੱਸ ਦਈਏ ਕਿ ਇਹ ਸੜਕ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਗੱਡੀ ਦੇ ਪਰਖੱਚੇ ਤੱਕ ਉੱਡ ਗਏ। ਉੱਥੇ ਇਸ ਹਾਦਸੇ 'ਚ ਜ਼ਖਮੀ ਹੋਏ ਵਿਅਕਤੀਆਂ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਸਾਡੀ ਬੱਸ ਆਪਣੇ ਸਾਈਡ ਨੂੰ ਤੁਰੀ ਸੀ, ਮੋਰੇ ਟੈਕਸੀ ਆਈ ਨਾ, ਉਹ ਟੈਕਸੀ ਵਿੱਚ ਵੱਜੀ ਸਾਡੇ ਬੱਸ 'ਤੇ ਅਤੇ ਪਤਾ ਨਹੀਂ ਲੱਗਾ ਚੱਕਦਮ ਹੀ ਇਹਨੇ, ਮਤਲਬ ਸਾਰੇ ਜਿੰਨੇ ਵਿੱਚ ਬੈਠੇ ਸਾਰੇ ਫਟਰ ਹੋ ਗਏ। ਆਪਣੀ ਕਿਸੇ ਨੂੰ ਹੋਸ਼ ਨਹੀਂ, ਕਿਸੇ ਦੇ ਮੱਥੇ 'ਚ ਖੂਨ, ਕਿਸੇ ਦੇ ਨਾਸਾਂ 'ਚ, ਕਿਸੇ ਦੇ ਕਿਸ ਪਾਸੇ, ਸਾਰੇ ਮਤਲਬ ਫਟਰ ਹੋ ਗਏ। ਇਸ ਬਾਰੇ ਜਾਣਕਾਰੀ ਦਿੰਦੇ ਸਿਵਲ ਹਸਪਤਾਲ ਦੇ ਡਾਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਜ਼ਖਮੀਆਂ ਨੂੰ ਫਸਟ ਏਡ ਦੇ ਕੇ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ। ਸਾਡੇ ਕੋਲ ਆਏ ਜੀ, ਟੋਟਲ 7 ਪੇਸ਼ੈਂਟ ਆਏ, 7ਾਂ ਦੇ ਵਿੱਚ ਇੱਕ ਬਰਾਡ ਡੈਡ ਸੀ, ਉਹਨਾਂ ਦੇ ਵਿੱਚੋਂ ਜਿਹੜੇ 5 ਉਹ ਐਡਮਿਟਡ ਹੈਗੇ ਆ ਅਤੇ ਜਿਹੜੇ 1 ਨੂੰ ਅਸੀਂ ਐਡਮਿਟਡ ਨਹੀਂ ਕੀਤਾ, 5 ਐਡਮਿਟਡ ਹੈ ਜੀ। ਸਰ ਇਹਨਾਂ ਦੀ ਡਿਟੇਲ ਵਗੈਰਾ? ਇਹਨਾਂ ਦੀ ਡਿਟੇਲ ਰੋਪੜ ਨੂੰ ਬਿਲੋਂਗ ਕਰਦੇ ਆ ਜੀ, ਜਿੰਨਾ ਕੁ ਸਾਨੂੰ ਇਨਫੋਰਮੇਸ਼ਨ ਮਿਲੀ। ਇੱਕ ਜਿਹੜਾ ਅਨਨੋਨ ਆ ਬਰਾਡ ਡੈਡ ਜਿਹੜਾ, ਉਹਦੇ ਸਾਨੂੰ ਨਾਂ ਦਾ ਨਹੀਂ ਪਤਾ ਲੱਗਾ ਜੀ, ਕੋਈ ਇਨਫੋਰਮੇਸ਼ਨ ਨਹੀਂ। ਆਈ ਥਿੰਕ ਮੇਰਾ ਖਿਆਲ ਹੈ ਕਿ ਇਹ ਰੋਪੜ ਨੂੰ ਬਿਲੋਂਗ ਕਰਦੇ ਆ। ਫਿਲਹਾਲ ਪੁਲਿਸ ਵੱਲੋਂ ਸਿਵਲ ਹਸਪਤਾਲ ਵਿਖੇ ਪਹੁੰਚ ਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਹ ਨਾ ਇੱਕ 112 'ਤੇ ਕੰਪਲੇਂਟ ਆਈ ਸੀ, ਇੱਕ ਭੱਜਣਾ ਮੋੜ 'ਤੇ ਐਕਸੀਡੈਂਟ ਹੋਇਆ। ਅਸੀਂ ਸਪੋਟ 'ਤੇ ਗਏ ਸੀ, ਉੱਥੇ CTU ਬੱਸ ਦਾ ਅਤੇ ਸਕਾਰਪੀਓ ਕਾਰ ਦਾ ਐਕਸੀਡੈਂਟ ਹੋਇਆ ਸੀ ਅਤੇ ਜਿਹੜੇ ਉਹਨਾਂ 'ਚ 3 ਸਕਾਰਪੀਓ ਵਾਲੇ ਸੀ ਉਹ ਇੰਜਰਡ ਸੀ, ਉਹਨਾਂ ਨੂੰ 128 ਇੱਥੇ ਪਿਆ ਸੀ ਅਤੇ 2 ਬੱਸ ਦੀਆਂ ਸਵਾਰੀਆਂ ਇੰਜਰਡ ਸੀ। ਉਹਦੇ ਬਾਅਦ 'ਚ ਹੁਣ ਹੋਸਪਿਟਲ ਪਹੁੰਚੇ ਹਾਂ, ਇਹਦੀ ਸਟੇਟਮੈਂਟ ਲੈਣ ਤੋਂ ਬਾਅਦ ਫਿਰ ਫਾਈਨ ਕਲੀਅਰ ਹੋਏਗਾ ਕਿ ਸਰ ਇਹ ਡੈਥ ਵੀ ਹੋਈ ਕਿਸੇ। ਹਾਂ, 1 ਦੀ ਅਨਨੋਨ ਹੈ, ਉਹਦਾ ਵੀ ਵੈਰੀਫਾਈ ਕਰ ਰਹੇ ਹਾਂ। ਇੰਜਰ ਕਿੰਨੇ? 7 ਇੰਜਰਡ ਟੋਟਲ ਸਕਾਰਪੀਓ ਵਾਲੇ 3, 2 ਨੇ ਇੰਜਰਡ, 1 ਦੀ ਡੈਥ ਹੋ ਗਈ ਹੈ ਅਤੇ 2 ਜਿਹੜੀ ਮੁਤਾਬਕ ਡਾਕਟਰ ਸਾਹਿਬ ਅਤੇ 2 ਬੱਸ ਵਾਲੇ ਸਵਾਰੀਆਂ ਇੰਜਰਡ ਹੋਈਆਂ, ਉਹਨਾਂ ਨੂੰ ਵੀ ਦੇਖਣ ਲੱਗੇ ਹਾਂ। ਬਣਦੀ ਕਾਰਵਾਈ ਕੀਤੀ ਜਾ ਰਹੀ? ਹਾਂਜੀ ਹਾਂਜੀ, ਜੋ ਵੀ ਹੋਏਗਾ ਕਾਨੂੰਨ ਅਨੁਸਾਰ ਕਰਵਾਈ। ਠੀਕ ਹੈ। ਹੁਸ਼ਿਆਰਪੁਰ ਤੋਂ ਅੰਕੁਸ਼ ਗੋਇਲ, ਦੈਨਿਕ ਸਵੇਰਾ ਟੀਵੀ। ਕੈਨੇਡਾ ਦਾ ਸਟੱਡੀ ਵੀਜ਼ਾ ਸਿਰਫ 5 ਲੱਖ ਰੁਪਏ ਦੇ ਵਿੱਚ। 5 ਲੱਖ ਰੁਪਏ ਦੇਣਾ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣਾ, ਜਿਹਦੇ ਵਿੱਚ ਤੁਹਾਡੀ 1 ਸਾਲ ਦੀ ਕਾਲਜ ਦੀ ਫੀਸ ਇੰਕਲੂਡ ਹੈ। ਤੁਸੀਂ ਬ੍ਰਾਮਟਨ ਜਾਣਾ ਚਾਹੁੰਦੇ ਹੋ, ਸਰੀ ਜਾਣਾ ਚਾਹੁੰਦੇ ਹੋ, ਸਿਰਫ 5 ਲੱਖ ਰੁਪਏ 'ਚ ਜਾਓਗੇ। ਇਹ ਵੀ ਪੈਸੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣੇ। ਮੀਆਂ ਰਫੀਕ ਮੁਹੰਮਦ, ਫ੍ਰੀ ਸੇਵਾ ਫ੍ਰੀ ਸਮਾਧਾਨ, 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਹੇਠ ਲਿਖੇ ਰਿਕਾਰਡ ਕੇਸ ਹਲ, ਵਸ਼ੀਕਰਨ, ਲਵ ਮੈਰਿਜ, PR, ਲੋਟਰੀ ਸੱਟਾ ਨੰਬਰ, ਸੰਤਾਨਹੀਨਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ, ਸਿੱਧੀਆਂ ਅਤੇ 4 ਇਲਮਾਂ ਦੇ ਬੇਤਾਜ ਬਾਦਸ਼ਾਹ, ਤਕਦੀਰ ਕਦੋਂ ਬਦਲੇਗੀ, ਸੱਚਾ ਪਿਆਰ ਮਿਲੇਗਾ ਜਾਂ ਨਹੀਂ, ਲੋਟਰੀ ਨੰਬਰ ਪਾਓ। ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ, ਸਾਨੂੰ ਫੋਨ ਕਰੋ। ਮੀਆਂ ਰਫੀਕ ਮੁਹੰਮਦ।